ਸੋ ਇੰਨੀ ਦਿਨੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਨੇ ਇੱਕ ਮਹੀਨੇ ਲਈ ਅਤੇ ਇੱਕ ਰੌਲਾ ਕਾਫੀ ਜ਼ਿਆਦਾ ਚੱਲ ਰਿਹਾ ਕਿ ਜੋ ਨਕਲੀ ਬੰਦਾ ਆ ਉਸ ਨੂੰ ਅਸਲ ਦੇ ਵਿੱਚ ਰਾਮ ਰਹੀਮ ਬਣਾ ਕੇ ਅਤੇ ਉਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਅਤੇ ਅਸਲੀ ਜੋ ਆ ਉਹ ਬਾਹਰ ਆ। ਕੁਝ ਕੁ ਜਿਹੜੀਆਂ ਗੱਲਾਂ ਜੇ ਉਹ ਮਿਸਮੈਚ ਕੀਤੀਆਂ ਕਿ ਉਹਨਾਂ ਦੀ 1 ਇੰਚ ਹਾਈਟ ਵੱਧ ਗਈ, ਉਹਨਾਂ ਦੇ ਪੈਰਾਂ ਅਤੇ ਹੱਥਾਂ ਦਾ ਸਾਈਜ਼ ਬਰਾਬਰ ਨਹੀਂ ਆ। ਸੋ ਇਹ ਵਾਲੀ ਉਹ ਵੀਡੀਓ ਆ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਭਖ ਗਿਆ। ਮਤਲਬ ਇਹ ਅਸਲ ਦੇ ਵਿੱਚ ਉਸ ਅਸਲੀ ਜਾਂ ਨਕਲੀ ਰਾਮ ਰਹੀਮ ਦੀ ਕਹਾਣੀ ਦੇਖੋ ਇਸ ਵੀਡੀਓ ਦੀ ਤਰਫ ਧਿਆਨ ਮਤ ਦਿਆ ਕਰੋ। ਹਮ ਜਬ ਜੇਲ੍ਹ ਮੇਂ ਗਏ ਥੇ ਨਾ, ਸ਼ੁਰੂ ਸ਼ੁਰੂ ਮੇਂ ਸੁਨਾਰੀਆਂ ਮੇਂ ਗਏ ਥੇ, ਤੋ ਇੱਕ ਬੜੀ ਅਜੀਬ ਬਾਤ ਹੋਈ, ਕਿਉਂਕਿ ਉਨ ਲੋਗੋ ਨੇ ਹਮੇ ਉਸ ਰੂਪ ਮੇਂ ਦੇਖਾ ਹੁਆ ਥਾ ਜਿਸ ਮੇਂ ਸੁਘੈਂਟ ਸਿੰਘ ਬਨੇ ਹੋਏ ਥੇ, ਹੈ ਜੀ, ਸਮਝ ਗਏ ਗੁੱਡੀ ਔਰ ਮੁੰਡਿਓ, ਤੁਹਾਨੂੰ ਸਮਝ ਆ ਗਈ ਨਾ? ਹਾਂ, ਤੋ ਉਹਨੇ ਉਸ ਰੂਪ ਮੇਂ ਦੇਖਾ ਹੁਆ ਥਾ, ਤੋ ਹਮਨੇ ਕਹਾ, ਕਹਿਣ ਲੱਗੇ ਜੀ ਬਾਬਾ ਤੋਂ ਡੁਪਲੀਕੇਟ ਆ ਗਿਆ। ਅਰੇ ਹਮਨੇ ਕਹਾ ਨਹੀਂ ਭਾਈ, ਹਮ ਤੋ ਵਹੀ ਹੈ। ਕਹਿੰਦੇ ਨਾ ਨਾ, ਇਹ ਦੇਖ ਬਾਬਾ, ਜਾਂ ਤਾਂ ਤੇਰੀ ਦਾੜੀ ਨਿਊ ਹੈ ਔਰ ਅੜੇ ਤੇਰੀ ਦਾੜੀ ਨਿਊ ਹੈ। ਫਿਰ ਉਹਨੂੰ ਯੂੰ ਕਰਕੇ ਹਮਨੇ ਯੂੰ ਕਰਕੇ ਦਿਖਾਇਆ, ਕਹਿੰਦੇ ਅਰੇ ਇਹ ਤਾਂ ਵਹੀ ਬਾਬਾ ਹੈ। ਬੜੀ ਮੁਸ਼ਕਿਲ ਸੇ ਯਕੀਨ ਆਇਆ ਉਹਨੂੰ, ਤੋ ਮਤਲਬ ਇਸ ਤਰ੍ਹਾਂ ਕੀ ਬਾਤੇਂ ਹੋਤੀ ਰਹੀ। ਤੋ ਸ਼ਾਸਤ ਨਾਮ ਜਿਦਾਤਾ ਰਹਿਮਤ ਨੇ ਉਹਨਾਂ ਨੇ ਰਹਿਮਤ ਕਰੀ।